ਆਧੁਨਿਕ ਨਾਟਕ ਤੇ ਪੰਜਾਬੀ ਰੰਗਮੰਚ ਦੇ ਪਿਤਾਮਾ ਈਸ਼ਵਰ ਚੰਦਰ ਨੰਦਾ ਦੀ ਯਾਦ 'ਚ ਉਹਨਾਂ ਦੇ ਜੱਦੀ ਪਿੰਡ ਗਾਂਧੀਆਂ ਪੰਨੀ ਆੜ ਹਲਕਾ ਦੀਨਾਨਗਰ ਵਿਖੇ ਈਸ਼ਵਰ ਚੰਦਰ ਨੰਦਾ ਸਿਹਤ ਸਭਾ ਵੈਲਫੇਅਰ ਸੁਸਾਇਟੀ ਵੱਲੋਂ ਕਵੀ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪਾਸ਼ਾ ਅਫਸਰ ਡਾਕਟਰ ਭੁਪਿੰਦਰ ਸਿੰਘ ਮੱਟੂ ਹਾਜ਼ਰ ਹੋਏ। ਕਵੀ ਬਲਬੀਰ ਕੁਮਾਰ ਵੀਰਾ ਦੀ ਪ੍ਰਧਾਨਗੀ 'ਚ ਕਰਵਾਏ ਗਏ ਕਵੀ ਸੰਮੇਲਨ 'ਚ ਕਵੀ ਮਲਕੀਤ ਸੋਹਲ, ਮੰਗਤ ਚੰਚਲ ਅਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਕਵੀਆਂ ਨੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੀਆਂ ਕਵਿਤਾਵਾਂ ਪੜ੍ਹੀਆਂ ਅਤੇ ਸਾਹਿਤ ਦੇ ਸੰਬੰਧ 'ਚ ਵਿਚਾਰ ਰੱਖੇ। ਸਾਰੇ ਕਵੀਆਂ ਨੇ ਸ਼ਰੋਤਾਵਾਂ ਦਾ ਆਪਣੀਆਂ ਆਪਣੀਆਂ ਕਵਿਤਾਵਾਂ ਅਤੇ ਗਜ਼ਲਾਂ ਨਾਲ ਮਨ ਮੋਲਿਆ। ਈਸ਼ਵਰ ਚੰਦਰ ਨੰਦਾ ਜੀ ਦਾ ਜੱਦੀ ਪਿੰਡ ਔਰ ਜਿਨ੍ਹਾਂ ਦਾ ਬਹੁਤ ਸਾਹਿਤ ਵਿੱਚ ਨਾਮ ਆ, ਜਿਨ੍ਹਾਂ ਦੇ ਨਾਟਕ ਦੇ ਵਿੱਚ ਸਰਵ ਉੱਤਮ ਉਹਨਾਂ ਨੂੰ ਦਰਜਾ ਦਿੱਤਾ ਗਿਆ, ਔਰ ਉਹਨਾਂ ਦੀ ਯਾਦ ਵਿੱਚ ਇਹ ਸਮਾਗਮ ਇਸ ਬਾਬਾ ਭੀਰਾ ਜੀ ਦੀ ਸਭਾ ਵੱਲੋਂ ਜਿਹੜਾ ਮਨਾਇਆ ਜਾ ਗਿਆ। ਪਹਿਲੀ ਬਾਬਾ ਭੀਰਾ ਜੀ ਅਤੇ ਇਹਨਾਂ ਦੇ ਸਮੂਹਕ ਮੈਂਬਰ ਵਧਾਈ ਦੇ ਪਾਤਰ ਨੇ, ਕਿਉਂਕਿ ਜਦੋਂ ਇਹਨਾਂ ਨੇ ਸਭਾ ਸ਼ੁਰੂ ਕੀਤੀ ਸੀ ਉਦੋਂ ਬਹੁਤ ਥੋੜ੍ਹੇ ਲੋਕ ਜੁੜੇ ਸੀ, ਔਰ ਹੁਣ ਮੈਂ ਦੇਖ ਰਿਹਾ ਕਿ ਇਹਨਾਂ ਨੇ ਜਿਵੇਂ ਇਸ ਸਮਾਗਮ ਵਿੱਚ ਬਹੁਤ ਗਿਣਤੀ ਵਿੱਚ ਲੇਖਕ ਸ਼ਾਮਿਲ ਹੋਏ ਆ, ਔਰ ਜਿੰਨੇ ਵੀ ਇੱਥੇ ਬੋਲ ਕੇ ਗਿਆ ਔਰ ਅਗਾਂਹ ਵਧੂ ਔਰ ਪ੍ਰਗਤੀਵਾਦੀ ਸੋਚ ਦੇ ਧਾਰਨੀ ਹੋਣ ਕਰਕੇ ਉਹਨਾਂ ਨੇ ਬਹੁਤ ਸਿਹਤਦਾਇਕ ਕਵਿਤਾਵਾਂ ਬੋਲੀਆਂ, ਔਰ ਅੱਜ ਸਮਾਗਮ ਚੱਲ ਰਿਹਾ ਔਰ ਬਹੁਤ ਸਾਰੇ ਕਵੀਆਂ ਨੇ ਭਰੂਣ ਹੱਤਿਆ ਔਰ ਸਮਾਜਿਕ ਰੀਤੀਆਂ ਨੂੰ ਉਜਾਗਰ ਕੀਤਾ ਔਰ ਲੋਕਾਂ ਨੂੰ ਕਿਹਾ, ਇਹ ਸੰਦੇਸ਼ ਦਿੱਤਾ ਕਿ ਉਹ ਸਮਾਜਿਕ ਰੀਤੀਆਂ ਤੋਂ ਦੂਰ ਹੋਣ। 3 ਸਾਲ ਤੋਂ 3ਵੀਂ ਵਾਰ ਕਰਵਾਇਆ ਹੈ ਇਹ ਬਸੰਤ ਰੁੱਤ ਕਰਵਾਉਣ ਨਾਲ ਸਾਡੇ ਪਿੰਡ ਨੂੰ ਬਹੁਤ ਸੇਧ ਮਿਲ ਰਹੀ ਹੈ। ਅਸੀਂ ਜਿਹੜੇ ਐਕਾਂ ਭੁਪਿੰਦਰ ਸਿੰਘ DLO ਸਾਹਿਬ ਜੀ ਮੁੱਖ ਮਹਿਮਾਨ ਸੱਦੇ ਨੇ, ਇਹਨਾਂ ਨੇ ਸਾਡੇ ਪਿੰਡ ਵਿੱਚ ਚਰਨ ਪਾਏ ਨਾਲ ਸਾਨੂੰ ਬਹੁਤ ਖੁਸ਼ੀ ਆ। ਬਾਹਰੋਂ ਜਿੰਨੇ ਵੀ ਬਟਾਲੇ ਤੋਂ, ਗੁਰਦਾਸਪੁਰ ਤੋਂ, ਪਠਾਨਕੋਟ ਤੋਂ ਕਵੀ ਵਿਦਵਾਨ ਆਏ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ, ਧੰਨਵਾਦ ਕਰਦਾ ਹਾਂ। ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ, ਚੈਨਲ 2।